ਮੇਰੇ ਬਾਹਰ ਜਾਣ ਵਾਸਤੇ ਮੇਰਾ ਥੋੜ੍ਹਾ ਬੜਾ ਬੇਟਾ ਬਹੁਤ ਬਿਮਾਰ ਰਹਿੰਦਾ, ਇਸ ਕਰਕੇ 20-25 ਲੱਖ ਰੁਪਈਆ ਚਾਹੀਦਾ ਜੀ। ਕਰੋਨਾ ਦੇ ਵਿੱਚ ਆਈਲੈਟਸ ਹੋਈ ਸੀ, ਅਸੀਂ ਸੋਚਿਆ ਵੀ ਉਹਨਾਂ ਪੈਸਾ ਲਾ ਕੇ ਅੱਧੇ ਪੈਸੇ ਨਾਲ ਅਸੀਂ ਆਪਣੇ ਪੰਜਾਬ 'ਚ ਕੰਮ ਕਰਾਂਗੇ, ਫਿਰ ਅਸੀਂ ਇੱਥੇ ਆ ਕੇ ਆਪਣਾ ਕੰਮ ਤਿਆਰ ਕੀਤਾ। ਕਾਰਨ ਇਹ ਸਰ ਜੀ, ਬਾਈ ਨੂੰ ਅਸੀਂ ਮਿਲਦੇ ਜੁਲਦੇ ਸੀ, ਅਸੀਂ ਸੋਚਿਆ ਵੀ 20-31 ਬਾਈ ਦੇ ਕਰਕੇ ਸ਼ਾਨ ਹੈ, ਬਾਈ ਦੀ ਇਸ ਕਰਕੇ ਅਸੀਂ ਯਾਦ ਕਰੀ ਰੱਖੀਏ ਵੀ ਬਾਈ ਸਾਡੀ ਸਦਾ ਨਾਲ ਰਹੇ। ਪੰਜਾਬ ਤੱਕ 'ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਅਭਿਸ਼ੇਕ। ਅੱਜ ਅਸੀਂ ਤੁਹਾਨੂੰ ਇੱਕ ਯੂਨੀਕ ਅਤੇ ਇੱਕ ਡਿਫਰੈਂਟ ਕਾਇੰਡ ਦੀ ਇੱਕ ਸਟੋਰੀ ਤੁਹਾਨੂੰ ਦਿਖਾਵਾਂਗੇ। ਇਸ ਵਕਤ ਅਸੀਂ ਫਿਲਹਾਲ ਤੁਹਾਨੂੰ ਪਹਿਲਾਂ ਦੱਸ ਦਈਏ, ਅਸੀਂ ਮੋਹਾਲੀ ਡਿਸਟ੍ਰਿਕਟ ਕੋਰਟ ਦੇ ਬਾਹਰ ਖੜ੍ਹੇ ਹਾਂ, ਜਿੱਥੇ ਇੱਕ ਜੋੜੇ ਨੇ ਇੱਕ ਇਹੋ ਜਿਹੀ ਮਿਸਾਲ ਕਾਇਮ ਕੀਤੀ ਹੈ ਜਿੱਥੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਰੁਕ ਕਰਦੇ ਨੇ, ਆਇਲਸ ਕਰਦੇ ਨੇ, ਪੈਸੇ ਲਗਾ ਕੇ ਬਾਹਰ ਜਾਂਦੇ ਨੇ, ਤਾਂ ਉੱਥੇ ਇਹ ਜਿਹੜਾ ਜੋੜਾ ਹੈ, ਪਹਿਲਾਂ ਤੁਹਾਨੂੰ ਇਹ ਦਿਖਾਵਾਂਗੇ ਇਸ ਜੋੜੇ ਨੇ ਕੀ ਕੀਤਾ ਕਿ ਆਇਲਸ ਵਗੈਰਾ ਕਰਕੇ ਇੱਥੇ ਆਪਣਾ ਖੁਦ ਦਾ ਬਿਜ਼ਨਸ ਸੈਟਅਪ ਸ਼ੁਰੂ ਕੀਤਾ ਹੈ, ਖੁਦ ਦਾ ਆਪਣਾ ਕੰਮ ਕਰਨਾ ਸ਼ੁਰੂ ਕੀਤਾ। ਪਹਿਲਾਂ ਇਹ ਦੇਖ ਸਕਦੇ ਹੋ ਇੱਕ ਟਰੈਲ ਹੈ ਜਿਸ ਨੂੰ ਇਹਨਾਂ ਨੇ ਬਹੁਤ ਵਧੀਆ ਮੋਡੀਫਿਕੇਸ਼ਨ ਕਰਕੇ ਇਹਨੂੰ ਇੱਕ ਫੂਡ ਕੋਰਟ ਦੇ ਵਿੱਚ ਤਬਦੀਲ ਕੀਤਾ ਗਿਆ। ਪਹਿਲਾਂ ਤੁਸੀਂ ਤਸਵੀਰਾਂ ਦੇਖੋ ਕਿ ਇਹ ਇੱਕ ਟਰਾਲਾ ਸੀ ਜਿਸ ਨੂੰ ਇਹਨਾਂ ਨੇ ਬਦਲ ਕੇ ਇੱਕ ਫੂਡ ਵੈਨ ਬਣਾਇਆ, ਫੂਡ ਇਹ ਬਣਿਆ ਹੈ। ਇਹਦੇ ਵਿੱਚ ਹੋਰ ਯੂਨੀਕ ਚੀਜ਼ ਹੈ, ਜਿਵੇਂ ਸੀਟਿੰਗ ਦੇ ਆਪਾਂ ਕਰੀਏ ਤਾਂ ਸੀਟਿੰਗ ਪਲਾਨ ਲਈ ਇਹਨੇ ਕੀ ਕੀਤਾ, ਇਸੀ ਟਰਾਲੇ ਦੇ ਉੱਤੇ ਉੱਪਰ ਇੱਕ ਜਗ੍ਹਾ ਬਣਾਈ ਹੈ ਜਿੱਥੇ ਲੋਕ ਉੱਪਰ ਜਾ ਕੇ ਆਰਾਮ ਨਾਲ ਬੈਠ ਕੇ। ਯੂਨੀਕ ਆਈਡੀਆ ਕਿੱਥੋਂ ਆਇਆ ਆਹ? ਵੀਰੇ, ਅਸੀਂ ਪਹਿਲਾਂ ਰੇਹੜੀ ਲਾਉਂਦੇ ਸੀ, ਰੇਹੜੀ ਤੋਂ ਥੋੜ੍ਹਾ ਮੀਂਹ 'ਚ ਬੜੀ ਮੁਸੀਬਤ ਆ ਰਹੀ ਸੀ, ਫਿਰ ਅਸੀਂ ਇਹ ਨਵਾਂ ਪ੍ਰੋਜੈਕਟ ਤਿਆਰ ਕੀਤਾ ਟਰਾਲੀ। ਇਹ ਅਸੀਂ ਜੰਮੂ 'ਚ ਟਰੱਕ ਖੜ੍ਹੇ ਦੇਖੀ ਸੀ, ਉਹਦੀ ਲੋਕੇਸ਼ਨ ਤੋਂ ਟਰਾਲੀ ਤਿਆਰ ਕਰਾਈ। ਪਿੱਛੋਂ ਦੀ ਪਿਛੋਕੜ ਕੀ ਹੈ, ਕਿੱਥੋਂ ਦੇ ਰਹਿਣ ਵਾਲੇ? ਪਿੱਛੋਂ ਸਾਡਾ ਜ਼ਿਲ੍ਹਾ ਮਾਨਸਾ, ਪਿੰਡ ਧਨਪੁਰ ਹੈ ਵੀਰੇ, ਜਿੱਥੋਂ ਦਾ ਆਰਨੀ ਸਿੰਗਰ ਹੈ। ਅੱਛਾ, ਧਰਮਪੁਰਾ ਪਿੰਡ ਮਾਨਸਾ। ਮਾਨਸਾ ਦੇ ਆਪਣੇ ਕਹਿੰਦੇ ਕਾਫੀ ਮਸ਼ਹੂਰ ਹੈ ਮਾਨਸਾ, ਬਹੁਤ ਨੇ ਵੀਰੇ ਮਾਨਸਾ ਦੇ, ਪੁਰਾਣੇ ਸਿੰਗਰ ਵੀ ਨਵੇਂ ਸਿੰਗਰ ਵੀ ਬਹੁਤ। 31 ਮਾਨਸਾ, ਕਾਫੀ ਮਾਨਸਾ ਮਸ਼ਹੂਰ ਹੈ। ਕਿੱਥੋਂ ਇਹ ਚੀਜ਼ ਆਈਡੀਆ ਕਿਸ ਨੇ ਦਿੱਤਾ, ਕਿਵੇਂ ਇਹ ਸਾਰਾ ਕੁਝ ਹੋਇਆ? ਇਹ ਵੀਰੇ ਅਸੀਂ ਫੇਸਬੁੱਕਾਂ 'ਤੇ ਦੇਖੇ ਸੀ ਟਰੱਕ ਬਣੇ ਹੋਏ, ਟਰੱਕ ਦੇ ਪ੍ਰੋਜੈਕਟ ਤੋਂ ਹੀ ਅਸੀਂ ਇਹ ਟਰਾਲੀ ਤਿਆਰ ਕਰਾਈ ਹੈ। ਅਸੀਂ ਸੋਚਿਆ ਵੀ ਟਰੈਕਟਰ ਆਪਣੇ ਘਰ ਹੈਗੇ ਤਾਂ ਇਹ ਟਰਾਲੀ ਤਿਆਰ ਕੀਤੀ। ਟਰਾਲਾ ਕਹਿੰਦੇ ਘਰ ਹੀ ਖੜ੍ਹਾ ਸੀ? ਘਰ ਹੀ ਖੜ੍ਹੇ ਸੀ ਵੀਰੇ। ਅੱਛਾ, ਜੇਕਰ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਕੌਣ ਕੌਣ ਨੇ, ਇੱਥੇ ਨਾਲ ਕੌਣ ਕੌਣ ਰਹਿੰਦੇ ਤੁਹਾਡੇ ਪਰਿਵਾਰ 'ਚ? ਵੀਰੇ ਮੰਮੀ ਡੈਡੀ, ਭਰਾ ਆਰਮੀ 'ਚ ਹੈ, ਬੱਚੇ ਵੀ ਉਹਦੇ ਬਾਹਰ ਨੇ, ਅਸੀਂ ਮੇਰੇ ਦੋ ਬੇਟੇ ਨੇ ਉਹ ਵੀ ਇੱਥੇ ਮੇਰੇ ਨਾਲ ਫੈਮਿਲੀ। ਅੱਛਾ, ਇੱਥੇ ਨਾਲ ਹੀ ਰਹਿੰਦੇ? ਨਾਲ ਹੀ ਨਾਲ। ਕਿੱਥੇ ਰਹਿੰਦੇ? ਕਿੱਥੇ? ਸੁਹਾਣਾ ਜੀ, ਸੁਹਾਣਾ। ਸੁਹਾਣੇ ਵਿੱਚ ਇੱਥੇ ਨਾਲ ਕੌਣ ਹੁੰਦਾ ਤੁਹਾਡੇ? ਅਸੀਂ ਮੇਰੇ ਦੋ ਪਿੰਡੋਂ ਮੁਲਾਜ਼ਮ ਨੇ ਜੀ, ਅਸੀਂ ਚਾਰੇ ਇੱਕੋ ਹੀ ਪਿੰਡ ਦੇ ਹਾਂ ਜੀ। ਅਤੇ ਨਾਲ ਵਾਈਫ? ਵਾਈਫ ਹੈ ਮੇਰੀ। ਅੱਛਾ, ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਨਾਲ ਇੱਕ ਨੂੰ ਦਿਖਾਵਾਂਗੇ ਵੀ, ਇਹਨਾਂ ਨੇ ਟਰਾਲੇ ਦੇ ਨਾਲ ਨਾਲ ਇੱਕ ਬਹੁਤ ਸੋਹਣਾ ਇੱਕ ਫੋਟੋ ਲਾਈ ਹੈ, ਮਾਨਸਾ ਦੇ ਮਸ਼ਹੂਰ ਮਹਿਰੂਮ ਸਿੰਗਰ ਸਿੱਧੂ ਮੂਸੇਵਾਲੇ ਫੋਟੋ ਲੱਗੀ ਆ। ਇਹ ਇੱਕ ਅਲੱਗ ਹੀ ਤੁਸੀਂ ਤਸਵੀਰ ਦੇਖ ਸਕਦੇ ਹੋ, ਟਿੱਬਿਆਂ ਦਾ ਪੁੱਤ ਮਾਨਸਾ ਦੀ, ਇਹਨੂੰ ਸ਼ਾਨ ਕਿਹਾ ਜਾਂਦਾ ਹੈ ਮਾਨਸਾ ਦੇ, ਜਿਹਨੂੰ ਕਹਿੰਦੇ ਜੇ ਮਾਨਸਾ ਨਾਮ ਰੋਸ਼ਨ ਕੀਤਾ ਤਾਂ ਇਸ ਟਿੱਬਿਆਂ ਦੇ ਪੁੱਤ ਨੇ ਕੀਤਾ, ਸਿੱਧੂ ਮੂਸੇਵਾਲੇ ਨੇ ਕੀਤਾ। PB31 ਤੁਸੀਂ ਕੰਸੈਪਟ ਦੇਖ ਸਕਦੇ ਹੋ ਕਿੰਨਾ ਇਹਨਾਂ ਨੇ ਵਧੀਆ ਤਰੀਕੇ ਨਾਲ ਲਾਈਕ ਪੇਂਟਿੰਗ ਵਗੈਰਾ ਵੀ ਕੀਤੀ ਹੈ, ਹਰ ਚੀਜ਼ ਨੂੰ ਕੀਤਾ, ਇੱਕ ਇੱਕ ਚੀਜ਼ ਨੂੰ ਕੰਸੈਪਟ ਨੂੰ ਕਲੀਅਰ ਕੀਤਾ। ਅੱਛਾ, ਜਿਹੜੀ ਇਹ ਆਹ ਚੀਜ਼ ਪੇਂਟਿੰਗਸ ਵਗੈਰਾ ਕੀਤੀਆਂ ਨੇ, ਮੁੰਡਾ ਵੀਰੇ ਜੱਗੀ ਆਰਟਸ, ਅੱਛਾ, ਉਹਨੇ ਸਕੂਲ ਬਣਾਇਆ ਸੀ ਬਹੁਤ ਸੋਹਣਾ, ਜਿਹੜੀ ਮੂਸੇ ਪਿੰਡ ਵੀ ਬਾਈ ਦੀ ਮੂਰਤ ਛਾਪੀ ਹੋਈ ਹੈ, ਬਾਈ ਨਹੀਂ ਛਾਪੀ ਹੋਈ। ਅੱਛਾ, ਉਹ ਬਾਈ ਨੇ ਕੀਤਾ ਜਿਹਨੇ? ਹਾਂਜੀ। ਅਤੇ ਇੱਥੇ ਸਾਡੇ ਨਾਲ ਮੈਮ ਵੀ ਨੇ ਜੋ ਉਹਨਾਂ ਨਾਲ ਰਹਿੰਦੇ ਨੇ। ਮੈਮ, ਕੀ ਹਾਲ ਚਾਲ ਜੀ? ਵਧੀਆ। ਅੱਛਾ, ਕਿਵੇਂ ਲੱਗਦਾ? ਕਿਉਂਕਿ ਕਹਿੰਦੇ ਜ਼ਿਆਦਾਤਰ ਤਾਂ ਧੀਆਂ ਹੁੰਦੀਆਂ ਸੀਗੀਆਂ ਵੀ ਘਰਾਂ ਵਿੱਚ ਹੀ ਰਹਿੰਦੀ ਸੀ, ਚੌਂਕਾ ਚੁੱਲ੍ਹਾ ਸੰਭਾਲਣਾ ਹੁੰਦਾ ਸੀਗਾ, ਅੱਜ ਬਾਹਰ ਆ ਕੇ ਇਹ ਚੀਜ਼ਾਂ ਕਰਨੀਆਂ, ਖੁਦ ਦਾ ਖੋਲ੍ਹਣਾ, ਲੋਕਾਂ ਨੂੰ ਖਾਣਾ ਖਿਲਾਉਣਾ, ਕਿੰਨਾ ਕੁ ਲੱਗਦਾ? ਸਰ, ਬਹੁਤ ਵਧੀਆ ਲੱਗਦਾ ਹੈ ਨਾ, ਰਿਸਪੋਂਸ ਵੀ ਬਹੁਤ ਵਧੀਆ ਮਿਲਦਾ, ਕਿਉਂਕਿ ਕਿਤੇ ਨਾ ਕਿਤੇ ਜਦ ਆਪਾਂ ਵਧੀਆ ਖਾਣਾ ਪ੍ਰੋਵਾਈਡ ਕਰਦੇ ਹਾਂ ਹੈ ਨਾ, ਤਾਂ ਜਿਹੜੀ ਬਜ਼ੁਰਗ ਨੇ ਉਹ ਬਲੈਸਿਸ ਦਿੰਦੇ ਨੇ ਵੀ ਉਹਨਾਂ, ਤਾਂ ਬਹੁਤ ਵਧੀਆ ਲੱਗਦਾ ਵੀ ਆਪਾਂ ਹੋਰ ਵਧੀਆ ਖਾਣਾ ਬਣਾਈਏ ਹੈ ਨਾ, ਕਿਉਂਕਿ ਬਜ਼ੁਰਗਾਂ ਦੇ ਸਾਰਿਆਂ ਦੇ ਆਸ਼ੀਰਵਾਦ ਦੇ ਨਾਲ ਹੀ ਆਪਾਂ ਉੱਚਾ ਜਾ ਸਕਦੇ ਹਾਂ। ਅੱਛਾ, ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਕੀ ਬਣਾਇਆ, ਅੱਜ ਕਿਆ ਲੰਚ ਦੇ ਵਿੱਚ ਕਿਹਾ ਹੈ ਕੀ ਕੁਛ? ਅੱਜ ਸਰ ਕੜੀ, ਰਾਜਮਾਂਹ, ਦਾਲ, ਸਬਜ਼ੀ, ਰਾਈਸ ਅਤੇ ਪਰੌਂਠੀ ਸਰ। ਅੱਛਾ, ਇੱਥੇ ਹੀ ਬਣਾਉਂਦੇ ਹੋ ਜਾਂ ਫਿਰ ਬਣਾ ਕੇ ਲੈ ਕੇ ਆਉਂਦੇ ਹੋ ਇਸ ਜਗ੍ਹਾ? ਨਹੀਂ ਸਰ, ਇਹ ਸਾਰਾ ਮੈਂ ਇੱਥੇ ਹੀ ਰੈਡੀ ਕਰਦੀ ਹਾਂ ਆ ਕੇ, ਸੁਬਹਾ 5 ਵਜੇ ਆ ਜਾਂਦੀ ਹਾਂ, 7 o'clock ਤੱਕ ਮੈਂ ਇਹ ਸਾਰਾ ਰੈਡੀ ਕਰ ਦਿੰਦੀ ਹਾਂ। ਸ਼ਰਮਾ ਜੀ, ਇੱਕ ਚੀਜ਼ ਤੁਸੀਂ ਇੱਕ ਜਿਹਨੂੰ ਕਹਿੰਦੇ ਵੀ ਇੱਕ ਮੈਸੇਜ ਬਹੁਤ ਬੜਾ ਦਿੱਤਾ, ਕਿਉਂਕਿ ਅੱਜ ਦੀ ਜਿਹੜੀ ਯੂਥ ਹੈ ਉਹ ਇੱਕ ਤਰ੍ਹਾਂ ਕਹਿੰਦੇ ਨੇ ਵੀ ਅਸੀਂ ਬੇਰੁਜ਼ਗਾਰ ਹਾਂ, ਸਾਨੂੰ ਕੋਈ ਕੰਮ ਨਹੀਂ ਹੈਗਾ, ਕੋਈ ਸਾਡੀ ਮਦਦ ਨਹੀਂ ਕਰਦਾ, ਤੁਸੀਂ ਇੱਕ ਰੋਲ ਮਾਡਲ ਬਣੇ ਹੋ ਲੋਕਾਂ ਲਈ, ਵੀ ਕਹਿਣਾ ਅਤੇ ਕਰਨੀ 'ਚ ਕਹਿੰਦੇ ਬਹੁਤ ਫਰਕ? ਥੋੜ੍ਹੀ ਪ੍ਰੋਬਲਮ ਹੈ, ਜਿਹੜੇ ਪਿੰਡ ਵਾਲੇ ਆ ਉਹ ਥੋੜ੍ਹਾ ਬਾਹਰ ਨਹੀਂ ਨਿਕਲਦਾ ਚਾਹੁੰਦੇ। ਮੈਨੂੰ 10-12 ਸਾਲ ਹੋ ਗਏ ਮਾਂ ਦੀ ਸ਼ਹਿਰ 'ਚ ਆਏ ਨੂੰ, ਜੋਬ ਵੀ ਕੀਤੀ, ਹੋਮਲੈਂਡ ਸਕਿਉਰਟੀ ਸੁਪਰਵਾਈਜ਼ਰ ਵੀ ਰਿਹਾ, ਥੋੜ੍ਹਾ ਆਪਾਂ ਨੂੰ ਵੀ ਘਰੋਂ ਨਿਕਲਣਾ ਪੈਣਾ, ਫਿਰ ਹੀ ਬੇਰੁਜ਼ਗਾਰੀ ਕੱਢੀ ਜਾਣੀ ਹੈ, ਇਕੱਲੇ ਆਪਣੇ 'ਤੇ ਡਿਪੈਂਡਰ ਰੱਖ ਕੇ ਸਾਰੇ ਕੰਮ ਨਹੀਂ ਚੱਲਦੇ, ਮਿਹਨਤ ਕਰਨੀ ਪਊ, ਫਿਰ ਹੀ ਕੰਮ ਘਰੋਂ ਸੈੱਟ ਹੋਣਗੇ ਜੀ। ਅੱਛਾ, ਜਿਵੇਂ ਕਹਿੰਦੇ ਨੇ ਵੀ
ਪੜ੍ਹਾਈ ਕਰੋ ਤੇ ਨੌਕਰੀ ਮਿਲਦੀ ਆ। ਤੁਸੀਂ ਜਿਵੇਂ ਪਹਿਲਾਂ ਵੀ ਦੱਸਿਆ ਵੀ ਮੈਡਮ ਨੇ ਕਹਿੰਦੇ ਆਇਲਸ ਕੀਤੀ ਹੋਈ ਆ ਤੇ ਆਇਲਸ ਕਰਨ ਤੋਂ ਬਾਅਦ ਲੋਕੀ ਤਾਂ ਬਾਹਰ ਨੂੰ ਜਾਂਦੇ ਨੇ, ਤੁਸੀਂ ਮੋਹਾਲੀ ਦੇ ਵਿੱਚ ਇੱਕ ਸ਼ੁਰੂ ਕੀਤਾ, ਇਹਦੇ ਪਿੱਛੇ ਕਿਆ ਕਾਰਨ ਹੈ? ਮੇਰੇ ਬਾਹਰ ਜਾਣ ਵਾਸਤੇ ਮੇਰਾ ਥੋੜ੍ਹਾ ਬੜਾ ਬੇਟਾ ਬਹੁਤ ਬਿਮਾਰ ਰਹਿੰਦਾ, ਇਸ ਕਰਕੇ 20-25 ਲੱਖ ਰੁਪਈਆ ਚਾਹੀਦਾ ਸੀ। ਕਰੋਨਾ ਦੇ ਵਿੱਚ ਆਈਲੈਟਸ ਹੋਈ ਸੀ, ਅਸੀਂ ਸੋਚਿਆ ਵੀ ਉਹਨਾਂ ਪੈਸਾ ਲਾ ਕੇ ਅੱਧੇ ਪੈਸੇ ਨਾਲ ਅਸੀਂ ਆਪਣੇ ਪੰਜਾਬ 'ਚ ਕੰਮ ਕਰਾਂਗੇ, ਫਿਰ ਅਸੀਂ ਇੱਥੇ ਆ ਕੇ ਆਪਣਾ ਕੰਮ ਤਿਆਰ ਕੀਤਾ। ਕਿੰਨਾ ਕੁ ਜੇਕਰ ਹੁਣ ਕਰੀਏ ਕਿੰਨਾ ਕੁ ਲਾਈਕ ਅੱਗੇ ਨਾਲੋਂ ਕੰਮ ਕਿੰਨਾ ਕੁ ਵਧੀਆ, ਕਿਉਂਕਿ ਪਹਿਲਾਂ ਦੂਸਰੇ ਪਹਿਲਾਂ ਸਕੂਟਰ 'ਤੇ ਸੀਗਾ ਅਤੇ ਹੁਣ ਕਿੰਨਾ ਕੁ ਕੰਮ? ਬਹੁਤ ਵਧੀਆ, ਫਿਰ ਪਹਿਲਾਂ ਵੀ ਮੇਰਾ ਬਹੁਤ ਵਧੀਆ ਸੀ, ਹੁਣ ਵੀ ਬਹੁਤ ਵਧੀਆ ਜੀ। ਹੁਣ ਸਾਡਾ ਪਹਿਲਾਂ 2-3 ਵਜੇ ਤੱਕ, ਹੁਣ ਸ਼ਾਮ ਤੱਕ ਸਾਡਾ ਕਸਟਮਰ ਗੱਡੀ ਨੂੰ ਦੇਖ ਕੇ ਜ਼ਰੂਰ ਆਉਂਦਾ ਜੀ। ਅੱਛਾ, ਸਿੱਧੂ ਮੂਸੇਵਾਲੇ ਬਾਈ ਦੀ ਉਹਦੇ ਫੋਟੋ ਲੱਗੀ ਹੈ, ਇਹ ਲਗਾਉਣਾ ਇੱਕ ਤਾਂ ਵੈਸੇ ਹੀ ਕਹਿੰਦੇ ਅਟਰੈਕਟ ਕਰਦਾ, ਅਤੇ ਇਸ ਦੇ ਪਿੱਛੇ ਵੀ ਇੱਕ ਦੱਸ ਦਿਓ ਕਾਰਨ ਕੀ ਸੀਗਾ? ਕਾਰਨ ਇਹ ਸਰ ਜੀ, ਬਾਈ ਨੂੰ ਅਸੀਂ ਮਿਲਦੇ ਜੁਲਦੇ ਸੀ, ਅਸੀਂ ਸੋਚਿਆ ਵੀ 20-31 ਬਾਈ ਦੇ ਕਰਕੇ ਸ਼ਾਨ ਹੈ, ਬਾਈ ਦੀ ਇਸ ਕਰਕੇ ਅਸੀਂ ਯਾਦ ਕਰੀ ਰੱਖੀਏ ਵੀ ਬਾਈ ਸਾਡੀ ਸਵਾ ਸਦਾ ਨਾਲ ਰਹੇ। ਤਾਂ ਸਿੱਧੂ ਮੂਸੇਵਾਲੇ ਤੋਂ ਪ੍ਰੇਰਿਤ ਹੋ ਕੇ ਇਹ ਚੀਜ਼ ਤੁਸੀਂ ਖੋਲ੍ਹੀ ਹੈ, ਸਿੱਧੂ ਬਾਈ ਦੇ ਫੈਨ ਹੋ, ਕੱਟੜ ਫੈਨ? ਮੇਰੇ ਬਹੁਤ ਜ਼ਿਆਦਾ, ਬਾਈ ਪਿੰਡ ਵੀ ਆਉਂਦਾ ਸੀ, ਹੋਮਲੈਂਡ ਵੀ ਆਉਂਦਾ ਸੀ, ਬੜਾ ਪਿਆਰ ਸੀ ਬਾਈ ਨਾਲ ਸਾਡਾ। ਕਿੰਨੀ ਵਾਰ ਮਿਲ ਜਾਂਦਾ, ਕਿਵੇਂ ਲੱਗਦਾ ਜਦੋਂ ਮਿਲਦੇ ਸੀ? 2016 'ਚ ਬਾਈ ਨੂੰ ਅਸੀਂ ਪਹਿਲੀ ਵਾਰ ਜਦੋਂ ਹੋਮਲੈਂਡ ਆਏ ਸੀ ਉਦੋਂ ਮਿਲੇ ਸੀ, ਉਹਦੇ ਬਾਅਦ ਬਾਈ ਦਾ ਆਉਣਾ ਜਾਣਾ ਧੰਨਪੁਰੇ ਆਉਣ ਲੱਗ ਗਿਆ ਜੀ, ਉਹਦੇ ਬਾਅਦ ਬਾਈ ਨਾਲ ਬੜਾ ਪਿਆਰ ਰਿਹਾ ਸਾਡਾ ਜੀ, ਪਿੰਡ ਵੀ ਆਇਆ, ਮੰਮੀ ਡੈਡੀ ਨੂੰ ਵੀ ਮਿਲੇ ਜੀ। ਅੱਛਾ, ਘਰ ਆਏ? ਘਰ ਆਉਂਦੇ ਸੀ ਜੀ। ਤਾਂ ਇੱਕ ਅਲੱਗ ਹੀ ਚੀਜ਼ ਹੈ, ਕਿਉਂਕਿ ਸਿੱਧੂ ਬਾਈ ਦੀ ਜੇ ਗੱਲ ਕਰੀਏ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਅਨੋਖਾ ਹੀ ਬੰਦਾ ਸੀਗਾ, 20-31 ਦੀ ਸ਼ਾਨ, ਟਿੱਬਿਆਂ ਦਾ ਪੁੱਤ ਕਹੇ ਜਾਣ ਵਾਲੇ ਸਿੱਧੂ ਮੂਸੇਵਾਲਾ। ਬੇਸ਼ੱਕ ਅੱਜ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਪਰ ਜਿਹੜੇ ਫੈਨ ਨੇ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਫੋਲੋ ਕਰ ਰਹੇ ਨੇ, ਅਤੇ ਇਸ ਵਕਤ ਮੋਹਾਲੀ ਦੇ ਵਿੱਚ ਜਗ੍ਹਾ 'ਤੇ ਖੜ੍ਹੇ ਹੈ, ਇਹ ਵੀ ਉਹਨਾਂ ਦੇ ਇੱਕ ਫੈਨ ਨੇ ਸਿੱਧੂ ਮੂਸੇਵਾਲੇ ਦੇ, ਜਿਸ ਜੋੜੇ ਨੇ ਕਹਿੰਦੇ ਵੀ ਆਇਲਸ ਕਰਨ ਦੀ ਬਜਾਏ ਇਹਨਾਂ ਨੇ ਆਪਣਾ ਇੱਥੇ ਕੰਮ ਸੈਟਅਪ ਸ਼ੁਰੂ ਕੀਤਾ, ਅਤੇ ਨੌਜਵਾਨਾਂ ਦੀ ਇੱਕ ਲਈ ਵੱਡੀ ਇਹ ਪ੍ਰੇਰਨਾ ਬਣਨ, ਇੱਕ ਵੱਡਾ ਮੈਸੇਜ ਦੇ ਰਹੇ ਨੇ